ਇਲਾਕੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਾਂ, ਠੀਕ ਹੈ ਨਾ। ਅਸੀਂ ਉਹਨਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਪੈਸੇ ਦੀ ਜਾਂ ਇਸ ਤੋਂ ਚੰਗੇ ਇਲਾਜ ਦੀ ਤੁਹਾਨੂੰ ਕਿਤੇ ਹੋਰ ਭੇਜਣਾ ਹੋਵੇ, ਮੰਨ ਲਓ PGI ਭੇਜਣਾ ਹੋਵੇ, ਬਠਿੰਡੇ ਭੇਜਣਾ ਹੋਵੇ ਜਾਂ DMC ਭੇਜਣਾ ਹੋਵੇ ਜਿੱਥੇ ਤੁਹਾਨੂੰ ਵਧੀਆ ਇਲਾਜ ਆ, ਉਹ ਕਹਿੰਦੇ ਵੀ ਸਾਡਾ ਇਲਾਜ ਬਹੁਤ ਅੱਛਾ ਵਾ ਅਤੇ ਜਿਹੜੇ ਪਹਿਲਾਂ ਇੱਥੇ ਲੋਕ ਰੁਕੇ ਹੋਏ ਆ ਉਹ ਸਾਰੇ ਵੀ ਇਹ ਦੱਸਦੇ ਆ ਵੀ ਅੱਛਾ ਇਲਾਜ ਆ ਇੱਥੇ, ਠੀਕ ਹੈ ਨਾ। ਪਰ ਅਸੀਂ ਉਹਨਾਂ ਨੂੰ ਕਹਿਤਾ ਵੀ ਪੈਸੇ ਦੀ ਕੋਈ ਮਸਲਾ ਨਹੀਂ, ਤੁਹਾਨੂੰ ਕਿਤੇ ਵੀ ਮਤਲਬ ਕਿਸੇ ਵੀ ਰਿਸਕ 'ਤੇ ਅਸੀਂ ਕਿਸੇ ਨੂੰ ਕੋਈ ਜਿਹੜਾ ਵਾ ਜਿਹੜਾ ਵਾ ਬੱਚਾ ਵਾ ਕੋਈ ਵੀ ਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਨਾ ਆਵੇ। ਦੇਖੋ ਜੀ, ਪਰਿਵਾਰ ਜਿਹੜੇ ਹੈਗੇ ਆ ਬਹੁਤ ਚੜ੍ਹਦੀ ਕਲਾ 'ਚ ਹੈ, ਕੋਈ ਪਰਿਵਾਰਾਂ ਨੇ ਇਹੋ ਜਿਹਾ ਰੋਸ ਨਹੀਂ ਜਤਾਇਆ ਕਿ ਸਾਡਾ ਇਲਾਜ ਨਹੀਂ ਸਹੀ ਹੋ ਰਿਹਾ ਜਾਂ ਸਾਨੂੰ ਸਹੀ ਸਮੇਂ ਦੇ ਉੱਤੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਾਂ ਸਾਡੀ ਬਾਤ ਨਹੀਂ ਪੁੱਛੇਗੀ। ਪਰਿਵਾਰ ਜਿਹੜੇ ਆ ਇਸ ਸੰਤੁਸ਼ਟੀ ਦੇ ਵਿੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਜਿਹੜਾ ਬੱਚਿਆਂ ਨੂੰ ਪਹਿਲਾਂ ਫਿਰੋਜ਼ਪੁਰ ਹੋਸਪਿਟਲ ਰੈਫਰ ਕੀਤਾ ਔਰ ਉਸ ਤੋਂ ਬਾਅਦ ਉਹ ਫਰੀਦਕੋਟ ਮੈਡੀਕਲ ਕਾਲਜ ਆਏ ਹੈ। ਇਲਾਜ ਪੂਰਨ ਰੂਪ ਦੇ ਵਿੱਚ ਬਿਲਕੁਲ ਸਹੀ ਚੱਲਦਾ ਪਿਆ ਹੈਗਾ, ਪਰਿਵਾਰ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਔਰ ਇਸ ਤੋਂ ਵੱਧ ਕੇ ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਖਾਲਸਾ ਦੀਵਾਨ ਦੇ ਪੂਰੇ ਸਟਾਫ ਨੂੰ ਕਿਉਂਕਿ ਲੰਗਰ ਸੇਵਾ ਉਹਨਾਂ ਦੀ ਚੱਲਦੀ ਹੈ ਔਰ ਉਹ ਬੱਚੇ ਸਵੇਰੇ 5:30 ਜਿਹੜੇ ਇੱਥੇ ਪ੍ਰਸ਼ਾਦਾ ਪਾਣੀ ਚਾਹ ਦਾ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ ਬੱਚੇ ਇੱਥੇ ਹੋਣਗੇ ਲੰਗਰ ਔਰ ਚਾਹ ਦਾ ਜਿਹੜਾ ਹੈਗਾ ਇਹ ਚੱਲਦਾ ਰਹੇਗਾ। ਡਾਕਟਰਸ ਦੀ ਟੀਮ ਨੂੰ ਵੀ ਬੇਨਤੀ ਕੀਤੀ ਹੈ ਕਿ ਚੰਗੇ ਤੋਂ ਚੰਗਾ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਏ ਔਰ ਸਾਰਾ ਖਰਚ ਤਾਂ ਇੱਕ ਪਾਸੇ ਰਹਿ ਗਿਆ ਜੀ, ਬੱਚਿਆਂ ਦੀ ਜਾਨ ਹੈ, ਜੋ ਕੁਛ ਵੀ ਬੱਚਿਆਂ ਨੂੰ ਲੋੜੀਂਦਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਭ ਕੁਛ ਮੁਹੱਈਆ। ਸਾਹਿਬ ਦੇ ਲੰਗਰ ਵਿੱਚ ਜਿਹੜੀ ਕੱਲ੍ਹ ਦੁਰਘਟਨਾ ਵਾਪਰੀ ਹੈ ਬੜੀ ਹੀ ਦੁਖਦਾਈ ਹੈ ਅਤੇ ਉਹਦੇ ਵਿੱਚ ਬੱਚੇ ਜਿਹੜੇ ਆ ਉਹਦੇ 'ਚ ਅੱਗ ਦੇ ਕਰਕੇ ਉਹਨਾਂ ਦੇ ਡੈਮੇਜ ਹੋਈ ਆ। ਸੋ ਇਹ ਇਸ 'ਤੇ ਕੋਈ ਵੱਸ ਨਹੀਂ ਹੈਗਾ, ਪਰ ਉਦੋਂ ਹੀ ਸਾਡਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ ਉਹਨਾਂ ਨੇ ਸਾਰਿਆਂ ਨੇ ਤੁਰੰਤ ਜਿੰਨੇ ਵੀ ਬੱਚੇ ਸੀ ਉਹਨੂੰ ਪਹਿਲਾਂ ਫਿਰੋਜ਼ਪੁਰ ਹੋਸਪਿਟਲ ਲੈ ਕੇ ਉਸ ਤੋਂ ਬਾਅਦ ਇੱਥੇ ਰੈਫਰ ਕੀਤਾ। ਬੀਬੀ ਸਾਡੇ ਗੁਰਿੰਦਰ ਕੌਰ ਜੀ ਘੋਲਵਾਲ ਜਿਹੜੇ ਸਾਡੇ ਐਕਸ ਜਿਹੜਾ ਅੰਤਰਿੰਗ ਕਮੇਟੀ ਮੈਂਬਰ ਹੈ ਇਹ ਰਾਤ ਹੀ ਇੱਥੇ ਆ ਗਏ ਸੀ, ਰਾਤ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਅਤੇ ਅੱਜ ਵੀ ਸਵੇਰ ਦੇ ਇੱਥੇ ਹੀ ਨੇ, ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਅਤੇ ਮੈਂ ਵੀ ਇੱਥੇ ਬੱਚਿਆਂ ਨੂੰ ਦੇਖਣ ਵਾਸਤੇ ਆਇਆ। ਸੋ ਇਹ ਗੱਲ ਠੀਕ ਹੈ ਕਿ ਸਾਰੇ ਜਿਹੜੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰਾ ਜਿਹੜਾ ਮਾਮਲਾ ਵਾ ਉਹ ਅੰਡਰ ਕੰਟਰੋਲ ਆ। ਸੋ ਅਸੀਂ ਹੱਥ ਜੋੜ ਕੇ ਜਿੰਨੀ ਵੀ ਸੰਗਤ ਹੈ ਉਸ ਨੂੰ ਬੀਬੀ ਜੀ ਨੇ ਵੀ ਬੇਨਤੀ ਕੀਤੀ ਹੈ ਕਿ ਅਸੀਂ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਕਰਦੇ ਹਾਂ ਕਿ ਅਸੀਂ ਹਰ ਤਰੀਕੇ ਦੀ ਕੋਈ ਪੈਸੇ ਦਾ ਮਸਲਾ ਨਹੀਂ, ਹਰ ਤਰੀਕੇ ਦੀ ਵਧੀਆ ਤਕਨੀਕ ਦੇ ਨਾਲ ਹੀ ਜਿਹੜੀ ਆ ਉਸ ਡਾਕਟਰੀ ਸਹਾਇਤਾ ਉਹ ਮੁਹੱਈਆ ਕਰਾਵਾਂਗੇ। ਬੀਬੀ ਜੀ ਨੇ ਹੁਣੇ ਹੀ ਇਹ ਜ਼ਿਕਰ ਕੀਤਾ ਸੀ ਕਿ ਇਸ ਤੋਂ ਅੱਗੇ ਕੋਈ ਹੋਰ ਵੱਡੇ ਹਸਪਤਾਲ 'ਚ ਜਾਣਾ ਕੋਈ ਵੀ ਕੰਮ ਕਰਨਾ ਵੀ ਸਾਨੂੰ ਉਸ ਗੱਲ ਹੀ ਦੱਸਿਆ ਜਾਵੇ, ਪਰ ਡਾਕਟਰ ਬਹੁਤ ਅੱਛੇ ਆ ਜਿਨ੍ਹਾਂ ਨੇ ਬਹੁਤ ਅੱਛਾ ਕੋਪਰੇਟ ਕੀਤਾ, ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਸਾਡਾ ਇੱਥੇ ਇਲਾਜ ਬਹੁਤ ਅੱਛਾ ਵਾ ਅਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸਕ ਦੀ ਲੋੜ ਲੱਗਦੀ ਸਾਨੂੰ ਅਸੀਂ ਜ਼ਰੂਰ ਦੱਸਾਂਗੇ। ਜੋ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਉਹ ਵੀ ਇੱਕ ਅੱਧੇ ਦਿਨ 'ਚ ਗੇੜਾ ਮਾਰਨਗੇ, ਉਹਨਾਂ ਨੇ ਪੂਰਨ ਤੌਰ 'ਤੇ ਸਾਡੇ ਇੱਥੇ ਸਕੱਤਰ ਜਿਹੜੇ ਗੁਰਨਾਮ ਸਿੰਘ ਉਹਨਾਂ ਨੂੰ ਭੇਜਿਆ, ਉਹ ਹਰ ਤਰੀਕੇ ਦੀ ਜਿਹੜੀ ਵੀ ਸਾਡੇ ਦਫਤਰੀ ਸਿਸਟਮ ਵੱਲੋਂ ਪੂਰਾ ਪ੍ਰਬੰਧ ਇੱਥੇ ਇਹ ਕੀਤਾ ਗਿਆ। ਸਾਡੇ ਸਾਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਮੁਖੀ ਨੇ ਇੱਥੋਂ ਦੇ ਉਹ ਸਾਰੇ ਇੱਥੇ 24 ਘੰਟੇ। ਸੋ ਬੀਬੀ ਜੀ ਵੱਲੋਂ ਜਿਹੜਾ ਇੱਥੇ ਹੋਣ ਦੇ ਕਰਕੇ ਇਹ ਲੰਗਰ ਦਾ ਵੀ ਪ੍ਰਬੰਧ ਕੀਤਾ ਗਾ। ਬੀਬੀ ਜੀ ਤੁਹਾਡਾ ਕੋਈ ਬੱਚਾ ਕੌਣ ਹੈ ਜਿਹੜਾ ਕਿੱਦਾਂ ਦਾ ਇਲਾਜ ਚੱਲ ਰਿਹਾ? ਬਹੁਤ ਵਧੀਆ ਦੇਖਭਾਲ ਹੋਈ, ਮੁਹਾਸਾ ਹੋਇਆ, ਦਿਨ ਰਾਤ ਹੀ 5-7 ਦਿਨ ਦੇਖੇ।
ਰਹਿੰਦੇ ਤੇ ਅੱਜ ਸਕੱਤਰ ਸਾਹਿਬ ਆਏ ਸੀ। ਹਾਂ ਜੀ, ਉਹਨਾਂ ਪੂਰਾ ਭਰੋਸਾ ਦਿੱਤਾ ਵੀ ਕੋਈ ਵੀ ਤੁਹਾਨੂੰ ਦਿੱਕਤ ਹੋਵੇ ਕਿਸੇ ਵੀ ਗੱਲ ਦੀ ਸਾਡੇ ਨਾਲ ਗੱਲ ਕਰੋ, ਉੱਥੇ ਹੀ ਕੰਮ ਹੋ ਰਿਹਾ। ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਸੰਧੂ ਬਾਈ, ਪਿੰਡ ਵਸਤੀ ਪੈਰਨ ਤੋਂ ਮੌਜੂਦਾ ਸਰਪੰਚ ਆ ਜੀ। ਅੱਜ ਜੀ ਤੁਸੀਂ ਮੈਨੂੰ ਆਏ ਸੀਗੇ, ਕੀ ਕਹਿਣਾ ਤੁਹਾਡਾ ਬੱਚਿਆਂ ਦਾ ਇਲਾਜ ਕਿੱਦਾਂ? ਇਹਨਾਂ ਵੱਲੋਂ ਅਸੀਂ ਇੱਕ ਗੱਲ ਕਹਾਂਗੇ, ਗੁਰਦੁਆਰਾ ਜਾਮੀ ਸਾਹਿਬ ਵਜੀਰਪੁਰ ਸਾਹਿਬ ਜੋ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੈ, ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ। ਸਾਨੂੰ ਪੈਸੇ ਦੀ ਕੋਈ ਕਮੀ ਨਹੀਂ, ਲੰਗਰ ਪਾਣੀ ਦੀ ਪੂਰੀ ਸੁਵਿਧਾ ਦੇ ਰਹੇ ਆ, ਹਰੇਕ ਪੱਖੋਂ ਸਾਡਾ ਸਹਿਯੋਗ ਦੇ ਰਹੇ ਆ। ਇੱਕ ਤਾਂ ਹੁੰਦਾ ਨਾ ਵੀ ਬੰਦੇ ਦੀ ਗੱਲ ਨਹੀਂ ਸੁਣਦੇ, ਇਹ ਸਾਡੇ ਹਰੇਕ ਨਾਲ ਸਹਿਯੋਗ ਸਾਡਾ ਦੇ ਰਹੇ। ਇਲਾਜ ਠੀਕ ਚੱਲਦਾ? ਹਾਂਜੀ, ਇਲਾਜ ਠੀਕ ਚੱਲਦਾ।